ਤੁਸੀਂ ਕਿਸਾਨ ਦੇ ਹੈਗੇ ਔਰ ਮੈਂ ਜਿੱਥੋਂ ਆਉਂਦਾ ਹੈ ਮੇਰੇ ਦਾਦਾ ਵੀ ਪੜਦਾਦਾ ਵੀ ਸਾਰੇ ਕਿਸਾਨੀ ਕਰਦੇ ਸੀ ਕਿ ਸਾਡੇ ਕੋਲ ਹੋਰ ਕੋਈ ਖਾਣ ਦਾ ਜ਼ਰੀਆ ਹੈ ਨਹੀਂ ਖੇਤੀ ਦੇ ਇਲਾਵਾ ਤੇ ਤੁਹਾਨੂੰ ਤਕਲੀਫ ਨਹੀਂ ਉਹ ਸਾਨੂੰ ਵੀ ਉਹੀ ਕੋਈ ਤਕਲੀਫ ਹੈ ਲੇਕਿਨ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਨਿਕਲਣਾ ਚਾਹੀਦਾ ਮੈਂ ਤੁਹਾਡੇ ਨਾਲ ਹਾਂ ਇਹ ਬਹੁਤ ਵੱਡੀ ਔਰ ਬਹੁਤ ਬੁਰੀ ਗੱਲ ਹੈ ਕਿ ਸਾਡੇ ਪੰਜਾਬ ਵਿੱਚ ਸਿਰਫ ਖੇਤੀ ਦੇ ਇਲਾਵਾ ਹੋਰ ਕੋਈ ਦੂਸਰੀ ਇੰਡਸਟਰੀ ਹੈ ਨਹੀਂ ਹਿੰਦੁਸਤਾਨ ਚ ਇੱਕ ਪੰਜਾਬ ਸਟੇਟ ਹੈਗਾ ਜਿੱਥੇ ਸਿਰਫ ਖੇਤੀ ਤੇ ਡਿਪੈਂਡ ਹੈਗਾ ਤੇ ਮੈਂ ਗਵਰਨਮੈਂਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਮੇਰੇ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਿ ਕਿਸਾਨਾਂ ਨੂੰ ਬੁਲਾ ਕੇ ਇਹਨਾਂ ਦੇ ਨਾਲ ਬੈਠਿਆ ਜਾਏ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਸੁਣੀ ਜਾਏ ਔਰ ਜੈਨੂਇਨ ਪ੍ਰੋਬਲਮ ਹੈ ਇਹ ਜਿਹੜੇ ਆੜਤੀ ਨੇ ਇਹਨਾਂ ਨੇ ਗੰਦ ਮਚਾਇਆ ਹੋਇਆ ਹੈ ਜਿਹੜਾ ਰੇਟ ਹੁੰਦਾ ਉਹ ਦਿੰਦੇ ਨਹੀਂ 10-15-15-20% ਕੱਟ ਲਾ ਦਿੰਦੇ ਨੇ ਔਰ ਸਾਰੇ ਕਿਸਾਨ ਜਿਹੜੇ ਦਿਨ ਰਾਤ ਮਰਦੇ ਰਹਿੰਦੇ ਨੇ ਇੱਕ ਮਿੰਟ ਨਹੀਂ ਨਹੀਂ ਆੜਤੀ ਨਹੀਂ ਬੋਲਦਾ ਇਹ ਜੋ ਮੈਨੂੰ ਆਮ ਆਦਮੀ ਪਾਰਟੀ ਮੁਰਦਾਬਾ ਬਹੁਤ ਬੁਰੀ ਗੱਲ ਹੈ ਦੇਖੋ ਜਦੋਂ ਚੱਲਦੇ ਹੋ ਰਸਤੇ